ਸਵੇਰ ਦਾ ਟਾਈਮ ਹੈ, ਨਮਾਜ਼ ਪੜ੍ਹ ਗਈ ਦੀ ਸੇ, ਰਾਤੀ ਅੰਧਾਰੀ ਗੁਲੀ ਹੈ, ਮੌਸਮ ਸੋਹਣਾ ਥੀ ਗਿਆ, ਦੋ ਦਿਹਾੜੇ ਤੋਂ ਬਸ ਬਹੁਤ ਜ਼ਿਆਦਾ ਆਈ। ਸੇਠ ਸ਼ਬੀਰ ਸਾਰੇ ਸਾਹਮਣੇ ਵੇਂਦਾ ਪਏ, ਬੇਠ ਹੈ ਭੇਡਾਂ ਵਾਲੀ, ਔਰ ਜਨਾਬ ਸਾਹਮਣੇ ਉਹਦੇ ਕੁੱਤਾ ਖੜ੍ਹੇ ਇੱਕ ਚੌਕ ਦੇ ਉੱਤੇ, ਕੈਰੀ ਦੇ ਪਿੱਛੋਂ ਤੱਕ ਨਜ਼ਰ ਨਹੀਂ ਆਉਂਦਾ ਪਿਆ। ਤਾਰਾਂ ਦੇ ਉੱਤੇ ਦੋ ਕਾਂ ਬੈਠਣ, ਕਾਂ ਬਹੁਤ ਸਾਰੇ ਹਨ ਪਿਆ, ਦੇ ਮੱਛੀਆਂ ਦਾ ਤਲਾਅ ਹੈ ਪਿਆ, ਪਰ ਉਹ ਮੱਗ ਹਨ, ਉੱਤੋਂ ਉਦੋਂ ਅੰਬ ਖੜ੍ਹੇ ਢੇਰ ਸਾਰੇ। ਅੰਬ ਨਹੀਂ ਲੱਭਿਆ ਕਿਆ ਹੈ, ਨਜ਼ਰ ਆਉਂਦੇ ਪਏ, ਪਰ ਉਹ ਸਭ ਆਉਂਦੇ ਉਹਨੇ ਆਈ ਜੋ ਮੇਰੇ ਨਾਲ ਵਧਣ। ਭੱਟੀ ਸਾਹਿਬ ਇਹਨਾਂ ਦਾ ਨਾਂ ਕਿਹਾ ਸੀ, ਮੁਹੰਮਦ ਬਖਸ਼ ਭੱਟੀ। ਜ਼ਿੰਦਗੀ 'ਚ ਪਹਿਲੀ ਵਾਰੀ ਮੈਨੂੰ ਇਹਨਾਂ ਦੇ ਨਾਂ ਦਾ ਪਤਾ ਲੱਗਾ, ਅਤੇ ਵੱਲ ਵੀ ਮੈਂ ਭੱਟੀ ਸਾਹਿਬ ਵੀ ਆਖ ਸਕਾਂ। ਭੱਟੀ ਮੇਰੇ ਉਸਤਾਦ ਵੀ ਹਨ, ਭੱਟੀ ਮੇਰੇ ਦੋਸਤ ਵੀ ਹਨ। ਨਵੀਦ ਭੱਟੀ ਸਾਹਿਬ ਦੀ ਅੱਲਾਹ ਬਖਸ਼ਿਸ਼ ਫਰਮਾਵੇ, ਦਰਜਾਤ ਬੁਲੰਦ ਕਰੇ। ਨਵੀਦ ਭੱਟੀ ਸਾਹਿਬ ਦੇ ਭਾਈਆਂ ਦੀ, ਨਵੀਦ ਭੱਟੀ ਸਾਹਿਬ ਦੇ ਵਾਲਦ ਸਾਹਿਬ ਅੰਮਾ ਦੀ ਬਖਸ਼ਿਸ਼ ਫਰਮਾਵੇ, ਮੇਰੇ ਦਾਦੀ ਦਾਦੇ ਦੀ ਬਖਸ਼ਿਸ਼ ਫਰਮਾਵੇ, ਔਰ ਸਾਰੇ ਸੱਜਣ ਦੁਸ਼ਮਣ ਦੀ ਖੈਰ ਹੋਵੇ। ਇਹ ਸਾਰੇ ਸਾਹਿਬਾਂ ਦੇ ਘਰ ਨੇ ਪੈ ਜੀ, ਜਿੱਥਾਂ ਇੱਥਾਂ ਹੀ ਬੇਟ ਚਾਰ ਅਤੇ ਸਾਕੂ ਅੱਲਾ ਨੇ ਪਨਾਹ ਦਿੱਤੀ ਹੈ, ਇੱਥੋਂ ਰਿਜ਼ਕ ਦਿੱਤਾ ਹੀ ਸੀ, ਇੱਥੋਂ ਤਾਂ ਲੋਕਾਂ ਕੋਲ ਸਾਰੇ ਉੱਤੇ ਮਿਹਰਬਾਨ ਕੀਤੇ ਸੀ, ਇੱਥੋਂ ਦੀ ਆਬੋ ਹਵਾ ਕੋ, ਔਰ ਇੱਥੋਂ ਦੇ ਪੱਖੂ ਅਸਾਰੇ ਨਾਲ ਥੀਨਨ ਫਜ਼ਰ ਨਾਲ ਆ ਅਤੇ ਉਹ ਇੱਕ ਸੋਹਣਾ ਪਰਿੰਦਾ ਉੱਤੋਂ ਰਹਿੰਦਾ ਪਿਆ, ਨਹੀਂ ਪਤਾ ਕੌਣ ਹੈ, ਜੋ ਵੀ ਹੈ ਖੈਰ ਨਾਲ ਪਹੁੰਚੇ। ਜਨਾਬ ਇਹ ਉਹ ਰਸਤਾ ਹੈ ਜਿਹਨਾਂ 'ਤੇ ਮੈਂ ਪੰਜ ਨਹੀਂ 10 ਸਾਲ ਤੋਂ ਆਉਂਦਾ ਪਿਆ, 10-11 ਸਾਲਾਂ ਤੋਂ ਹੀ ਸੜਕ 'ਤੇ ਨਿੱਕੇ ਨਿੱਕੇ ਬਾਲ ਸਾਹਿਬਾਂ ਦੇ ਮੇਰੇ ਨਾਲ ਖੇਡਦੇ ਰਹਿੰਦੇ ਹਾਂ, ਵੱਡੇ ਥੀ ਗਏ ਮਾਸ਼ਾਅੱਲਾ। ਇਹ ਜਨਾਬ ਇਹ ਸਾਹਮਣੇ ਘੋੜੀ ਖੜ੍ਹੀ ਹੈ, ਪਤਾ ਨਹੀਂ ਘੋੜੀ ਦਾ ਪੁੱਤਰ, ਉੱਤੇ ਚੜ੍ਹ ਕੇ ਛੱਤ ਲਿੰਬਦੇ ਨੇ ਲੋਕ, ਛੱਤਾਂ 'ਤੇ ਚੜ੍ਹਦੇ ਹਨ, ਸਮਾਨ ਚਾਹ ਨੇ ਜੀ, ਅਜੀ ਚੋਰੀ ਵੀ ਕਰਾਂਗੇ, ਆਪਣੇ ਹੀ ਚਾਹ ਨੇ, ਬੇਆਂਦਾ ਹੀ ਚਾਹ ਨੇ। ਅਤੇ ਇਹ ਖੰਭਾ ਹੀ ਸਹੀ, ਇਹ ਬਹੁਤ ਸਾਰਾ ਲੰਬਾ, ਇਹਦੇ ਉੱਤੇ ਮੀਟਰ ਟੰਗੇ ਖੜ੍ਹੇ, ਉਹਨਾਂ ਨੂੰ ਤਾਰਾਂ ਆਉਣੀਆਂ ਨੇ। ਇਹ ਕੌਣ ਹੈ ਸਾਹਮਣੇ ਆਏ? ਇਹ ਅੰਗਰੇਜ਼ ਕਾਂ, ਅੰਗਰੇਜ਼ੀ ਕਾਂ। ਇਹ ਕਾਂ ਦੀ ਵੀ ਅਜੀਬ, ਮੈਂ ਪਹਿਲੀ ਵਾਰੀ ਇਹ ਕਾਂ ਸਫ਼ਰ ਡਿਠਾ, ਮੈਂ ਕਿਹਾ ਕਿਹੜੀ ਸ਼ਾਇਦ। ਚਲੋ ਇਹਦੇ ਆ ਜ਼ਰਾ ਸ਼ਿਕਲ ਤਾਂ ਦਿਖਾ ਆਪਣੀ, ਨਹੀਂ ਇਹ ਕਾਂ ਨਹੀਂ ਡਰਦਾ। ਅੱਛਾ ਅੱਛਾ, ਚਲੋ ਵੀ ਆ ਵੀ ਸੀ ਸਿੰਘ। ਦੇਖੋ ਸਿੰਘ, ਫਜ਼ਰ ਦਾ ਜਿਹੜਾ ਨਜ਼ਾਰਾ ਹੁੰਦਾ ਹੈ, ਇਹ ਇਨਸਾਨ ਦੀ ਅੱਖੀਂ ਕੋ ਤਾਕਤ ਦਿੰਦਾ ਹੈ, ਰੂਹ ਕੋ ਤਾਕਤ ਦਿੰਦਾ ਹੈ। ਅਸਾਂ ਇਹੀ ਵੇ ਸੀ ਪੱਗੂ, ਇੱਕ ਦਿਨ ਕੱਸੀ ਪੱਗੂ ਵਾਟਰ ਚੈਨਲ, ਇਹਦੇ ਵਿੱਚ ਪਾਣੀ ਗੁਜ਼ਾਰ ਕੇ ਪੌਦਿਆਂ ਦੇ ਪੁੱਛੇ ਨੇ, ਪੌਦੇ ਹੀ ਪਾਣੀ ਪੀਂਦੇ ਨੇ, ਇਹ ਕੋਈ ਕੋਕ ਅਤੇ ਪੈਪਸੀ ਨਹੀਂ ਪੀਂਦੇ। ਆਵਾਜ਼ਾਂ ਸੁਣਦੇ ਪਏ ਫਜ਼ਰ ਨਾਲ ਦਿਹਾਤ ਦੇ ਵਿੱਚ, ਇਹ ਵੀ ਆ ਕਾਂ ਹੈ, ਇਹ ਕਾਲਾ ਕਾਂ ਹੈ, ਉਹ ਬੱਗਾ ਕਾਂ ਹੈ। ਅਤੇ ਰੋਡ ਦੇ ਉੱਤੇ ਕੂਲਰ ਪੀ ਹੈ, ਨਾਲ ਉਹ ਇੱਕ ਬਾਲ ਸੁੱਤਾ ਪੀ ਹੈ ਬੰਦਾ, ਮਸ਼ਹੂਰੀ ਇਹ ਮੇਰੇ ਮੁਰੀਦਨ ਪਏ, ਇਹ ਉਹ ਮੁਰੀਦਨ ਜਿਹੜੇ ਪੀਰ ਸਿੰਘ ਕਿਤੇ ਜੇਬ ਛੁਰ ਹੋਈ ਗਈ ਤੀ, ਉਹਦੇ ਉਹਨਾਂ ਨੇ ਕੰਮ ਨਾ ਸੀ ਤਾਂ ਘਰਕਾਰ ਇਸ ਮੁਰਸ਼ਦ ਸਿੰਘ। ਖੈਰ ਇਹ ਮੈਂ ਪਿਆਰ ਨਾਲ ਅਲੇਨਾ ਪੀਆਂ, ਮਸ਼ਹੂਰੀ ਬਹੁ ਸ਼ਰੀਫ ਤਰੀਨ ਲੋਕ ਆਉਂਦੇ ਨੇ, ਗੁਰਮਾਣੀ ਔਰ ਮਸ਼ਹੂਰੀ ਔਰ ਚਾਂਡਿਆ, ਇਹਨਾਂ ਕੋਲੋਂ ਵੱਡਾ ਸ਼ਰੀਫ ਈ ਕਾਇਨਾਤ ਵਿੱਚ ਮੈਂ ਨਹੀਂ ਬੈਠਾ। ਇਹਨਾਂ ਦੇ ਸ਼ਰਾਫਤ ਦੇ ਚਰਚੇ ਅਰਸ਼ ਫਰਸ਼ 'ਤੇ ਹਨ ਪਏ, ਇਹਨਾਂ ਕੋਲ ਕਦੇ ਮਿਲੋ ਤਾਂ ਕੋਈ ਪਤਾ ਲੱਗ ਜਾਂਦਾ। ਇਹ ਬੱਗ ਵਹਿੰਦੇ ਪਏ ਨੇ, ਇਵੇਂ ਨਾ ਕੂੰ ਜਾਣ ਬੱਗ। ਅੱਛਾ, ਜਿਹੜਾ ਬੰਦਾ ਸੁੱਤਾ ਪੀ, ਇਹਦਾ ਨਾਂ ਦਾ ਮੈਂ ਪਤਾ ਕਹਿ ਨਹੀਂ, ਇਹਦਾ ਨਾਂ, ਹਾਂ ਇਹ ਮੇਰਾ ਦੋਸਤ ਹੈ, ਇਹ ਖੱਬੀ ਲੱਤ ਅਤੇ ਸੱਜੀ ਲੱਤ ਰੱਖੀ ਪਈ ਹੈ, ਸੱਜਾ ਹੱਥ ਚਾਹ 'ਤੇ ਸਲਾਮ ਕੀਤੇ ਸੀ, ਇੱਕ ਅੱਖ ਖੋਲੀ ਪੀ ਆਈ, ਮੋਬਾਇਲ ਹਾਂ 'ਤੇ ਰੱਖੀ ਪੀ ਆਈ। ਇਹ ਹੈ ਸਹੀ ਹੁਣ ਨਜ਼ਾਰਾ ਮੇਰੇ ਮਾਲਿਕ ਦਾ ਫਜ਼ਰ ਦੇ ਨਾਲ, ਚੌਕ ਤੂੜੇ ਦੇ ਪਏ ਵੇ, ਦਿਲ ਤਾਂ ਮੇਰੇ ਆਦੇ, ਮੈਂ ਇੱਥਾਂ ਹੀ ਹਮੇਸ਼ਾ ਰਹਾਂ, ਲੇਕਿਨ ਮੈਂ ਪੱਖੂ ਹਾਂ, ਮੇਰੇ ਕੋ
ਕੀੜਾ ਹੈ ਕੋਈ ਸੱਟ ਮਰਿੰਦਾ ਏਡੂ ਦਾ ਇੱਡੇ ਲੱਗਾ ਗਿਆ ਏਡੂ ਦਾ ਇੱਡੇ ਲੱਗਾ ਵੇ ਨਾ ਆਣੀਆਂ ਜਾਣੀਆਂ ਬਸ ਦੇ ਬੰਦੇ ਮੇਰੀਆਂ ਅਤੇ ਇਹ ਕਿੱਕਰਨ ਪੈ ਕਿੱਕਰਾਂ ਦੇ ਨਾਲ ਕਿੱਕਰਾਂ ਦੇ ਨਾਲ ਕੋਈ ਫੁੱਲ 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 ਆਏ ਖੜੇ ਨੇ ਅੱਕੜੇ ਦੇ ਕਿੱਕਰ ਦੇ ਨਾਲ ਨਾਲ ਕਿਹੜੀ ਸ਼ਹਿਰ ਤੇ ਵੀ ਨਹੀਂ ਪਈ ਪਤਾ ਨਹੀਂ ਅੰਗਰੇਜ਼ੀ ਕਾਂ ਵੀ ਸਾਹਮਣੇ ਉਹ ਵਧਾਈ ਹੋਏ ਸਿੰਘ ਮਾਈ ਇੰਗਲਿਸ਼ ਕਰੁੱਕ ਬੱਕਰੀ ਵਧੀ ਬੱਕਰੀ ਕਿੱਥੇ ਵਧੀ ਹੈ ਕੁੱਤਾ ਆਈ ਹਾਂ ਹਾਂ ਸਮਝਿਆ ਬੱਕਰੀ ਹੈ ਮੋਟਰਸਾਈਕਲ ਸਾਹਮਣੇ ਆਉਂਦਾ ਪਈ ਹੈ ਦਿਹਾਤ ਦੇ ਲੋਕ ਹੁਣ ਮੋਟਰਸਾਈਕਲ ਵਜਾਈ ਵਜੇ ਉਹਨਾਂ ਨੂੰ ਹੌਲੇ ਹੌਲੇ ਪੁੱਤਰ ਹੌਲੇ 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 ਨੰਦਰੇ ਝੂਠੀ ਤੇ ਨਾ ਪਹਾੜੇ ਦੇ ਉੱਤੇ ਗਿਆ ਖੜਾ ਸੇਠ ਸ਼ਬੀਰ ਇਹਨੂੰ ਕੁੱਤਾ ਖੜਾ ਹੈ ਉਹਨੂੰ ਸੇਠ ਸ਼ਬੀਰ ਖੜਾ ਹੈ ਦੇਖੋ ਅਗਰ ਮੈਂ ਕੋਲ ਹੁੰਦਾ ਵਿਆਹ ਕੁੱਤਾ ਇਹਨੂੰ ਖੜਾ ਚਿੱਟੇ ਰੰਗ ਦਾ ਇਹ ਬਜ਼ੁਰਗ ਮੇਰਾ ਯਾਰ ਹਮੇਸ਼ਾ ਤੱਕ ਲਿਖੇ ਨਾ ਉਹਨਾਂ ਇਹਨਾਂ ਕਿਆ ਨਾਂ ਹੈ ਚਾਚਾ ਵਾਹ ਕਰਨ ਚਾਚਾ ਇਮਾਮ ਬਖਸ਼ ਸਵੇਰੇ ਰੋਜ਼ਾਨਾ ਵਾਕ ਕਰਨ ਔਰ ਮੈਂ ਕਰੇ ਕਰੇ ਕੋ ਮਿਲਦਾ ਤੇ ਇਵੇਂ ਹਾਂ ਸਾਈਂ ਅਸਲਾਮ ਅਲੈਕੁਮ ਕੀ ਹਾਲ ਹੈ ਸਾਈਂ ਠੀਕ ਹੋ ਦਰਿਆ ਕੁੱਤਾ ਡੱਕੀ ਦੇ ਗਏ ਬਈ ਠੀਕ ਹੈ।